ਬਾਕੀ ਜਿੰਨੇ ਵੀ ਪੂਰੀ ਚਲਾ ਕੇ ਨਿਰਮਲ ਜੀ, ਜੇ ਗੱਲ ਕਰੀਏ ਬਿਜਲੀ ਬੋਰਡ ਦੇ ਦਫ਼ਤਰ ਦੇ ਬਾਹਰ ਖੰਭੇ ਜਿਹੜੇ ਲੱਗੇ ਨੇ, ਤਾਰਾਂ ਨੰਗੀਆਂ ਨੇ, ਕਿੰਨਾ ਖਤਰਾ ਇਹਨਾਂ ਤੋਂ ਪੈਦਾ ਹੋ ਸਕਦਾ? ਜੇ ਬਿਜਲੀ ਬੋਰਡ ਦੇ ਦਫ਼ਤਰ ਦੇ ਬਾਹਰ ਨੰਗੀਆਂ ਤਾਰਾਂ, ਇੰਨਾ ਖਤਰਾ ਇੱਥੇ ਕਿ ਦੁਨੀਆ ਲੰਘ ਰਹੀ ਹੈ, ਮੇਨ ਰੋਡ ਹੈ, ਦਫ਼ਤਰ ਦੇ ਉੱਪਰ ਭਰਮਾਰ ਰਹਿੰਦੀ ਹੈ ਲੋਕਾਂ ਦੀ, ਇੱਥੇ ਤਾਰਾਂ ਨੰਗੀਆਂ ਹੋਣ ਦਾ ਬਹੁਤ ਜ਼ਿਆਦਾ ਖਤਰਾ। ਜੇ ਇੱਥੇ ਇਹ ਹਾਲ ਹੈ ਤਾਂ ਤੁਸੀਂ ਇਹ ਕਿਸਾਨਾਂ ਦਾ ਹਾਲ ਦੇਖੋ, ਜਿਹੜਾ ਸਾਡੀਆਂ ਮੋਟਰਾਂ 'ਤੇ ਜਾ ਕੇ ਜਾਂ ਪਿੰਡਾਂ ਦੇ ਵਿੱਚ ਕਿੰਨਾ ਤਾਰਾਂ ਜਾਂ ਜੋ ਲੰਬੀਆਂ ਪਈਆਂ ਨੇ, ਜਾਂ ਉਹ ਖਤਰੇ ਇੰਨਾ ਖਤਰਾ ਕਿ ਬੱਚੇ ਵੀ ਕੌਮ ਮੁਸ਼ਕਿਲ ਨਾਲ ਬਚਦੇ ਨੇ। ਨਹੀਂ, ਬਿਜਲੀ ਬੋਰਡ ਦਾ ਦਫ਼ਤਰ ਹੋਵੇ ਅਤੇ ਉਹਦੇ ਬਾਹਰ ਇਹ ਹਾਲਾਤ ਹੋਣ 'ਤੇ ਕਿੰਨੀ ਕੁ ਨਲਾਇਕੀ ਸਾਹਮਣੇ ਆ ਰਹੀ ਇਹਨਾਂ ਦੀ? ਦੇਖੋ ਜੀ, ਇਹ ਇਦੋਂ ਵੱਧ ਨਲਾਇਕੀ ਹੋ ਹੀ ਨਹੀਂ ਸਕਦੀ, ਕਿਉਂਕਿ ਮੇਨ ਦਫ਼ਤਰ ਹੋਵੇ, ਇੱਥੇ ਤਾਰਾਂ ਲੰਗੀਆਂ ਹੋਣ ਅਤੇ ਲੋਕਾਂ ਨੂੰ ਕਿੰਨਾ ਮਤਲਬ ਨੁਕਸਾਨ ਹੋ ਸਕਦਾ ਇਹਦਾ ਅੰਦਾਜ਼ਾ ਨਹੀਂ ਲਾ ਸਕਦਾ, ਪਿੱਛੋਂ ਕੁਛ ਨਹੀਂ ਬਣਦਾ। ਪਰ ਅੱਜ ਇਹ ਹਾਲਾਤ ਨੇ ਜਿਹੜੇ ਇਹ ਦਫ਼ਤਰ ਦੇ ਬਹੁਤ ਭੈੜੇ ਨੇ, ਅਤੇ ਤਾਰਾਂ ਲੰਗੀਆਂ ਹੋਣ ਕਰਕੇ ਸਾਨੂੰ ਬਹੁਤ ਇਹਦਾ ਇਤਰਾਜ਼ ਵੀ ਹੈ। ਮੇਰਾ ਉਹ ਕਰਨੈਲ ਸਿੰਘ ਲੰਗ। ਕਰਨੈਲ ਜੀ, ਗੱਲ ਕਰੀਏ ਬਿਜਲੀ ਬੋਰਡ ਦਾ ਦਫ਼ਤਰ ਆ, ਹੈੱਡ ਆਫਿਸ ਆ, ਇਹਦੇ ਬਾਹਰ ਖੰਭੇ 'ਤੇ ਤਾਰਾਂ ਕਾਫੀ ਲੰਗੀਆਂ ਦੇਖਣ ਨੂੰ ਮਿਲੀਆਂ ਨੇ, ਕੀ ਨੁਕਸਾਨ ਹੈ ਜੀ ਤਾਰਾਂ ਦਾ? ਇਹ ਨੁਕਸਾਨ ਆ ਦਾ ਬਾਰਫ ਦਾ ਆਹ ਸਮੇਂ ਕੋਈ ਇੱਥੇ ਅਵਾਰਾ ਗਿਰਦਾ, ਡੰਗਰ ਵੀ ਲਵੇ ਲੱਗ ਸਕਦਾ ਹੈ, ਸਹਿ ਸੁਭਾਅ ਬੰਦਾ ਵੀ ਇਹਦੇ ਜਿਹੜੇ ਖੰਭੇ 'ਤੇ ਲਵੇ ਲੱਗ ਸਕਦਾ ਹੈ। ਇਹ ਲੋਕਾਂ ਨੇ ਜਮੇ ਸਾਰੀਆਂ ਹੱਦਾਂ ਪਾਰ ਕਰਤੀਆਂ, ਪਿੰਡਾਂ ਦੀਆਂ ਜਿਹੜੀਆਂ ਟਰਾਂਕੀਆਂ ਵੀ ਲਾਈਆਂ ਵੀਆਂ ਨੇ ਉਹਨਾਂ ਦੇ ਵਿੱਚ ਵੀ ਕਰੰਟ ਆ ਰਹੇ ਨੇ, ਪਿੰਡ ਲੰਘ ਦੇ ਵਿੱਚ ਵੀ ਦੋ ਤਿੰਨ ਕੁੱਤੇ ਉਹਨਾਂ ਨੇ ਸਹਾਰਾ ਲਿਆ ਵੀ ਇੱਥੇ ਅਸੀਂ ਸੁੱਕੇ 'ਚ ਬੈਠੀਏ। ਜਦ ਉਹਦੇ ਥੱਲੇ ਪਾਣੀ ਫਿਰਿਆ, ਉਹ ਪਾਣੀ ਦੇ ਵਿੱਚ ਵੀ ਕਰੰਟ ਆਇਆ, ਕਰੰਟ ਦੇ ਨਾਲ ਉਹ ਕੁੱਤੇ ਤਿੰਨ ਚਾਰ ਕੁੱਤੇ ਮਰ ਗਏ। ਵੀ ਇੱਥੇ ਵੀ ਕਿਸੇ ਨੂੰ ਕੋਈ ਜਾਨੀ ਨੁਕਸਾਨ ਹੈ ਜਿਹੜਾ ਕਿ ਹੋ ਸਕਦਾ? ਇਹ ਬਿਲਕੁਲ ਆਲਾਗਰਦੀ ਕਰ ਰਹੇ ਨੇ, ਦਿਖਦਾ ਸਾਰਾ ਕੁਛ ਇਹਨਾਂ ਨੂੰ ਹੈ, ਇਹਨਾਂ ਨੇ ਬਿਲਕੁਲ ਵੀ ਇੱਧਰ ਨੂੰ ਧਿਆਨ ਨਹੀਂ ਦੇ ਰਿਹਾ। ਮੈਂ ਗੱਲ ਕਰੀਏ ਬਿਜਲੀ ਬੋਰਡ ਦਾ ਦਫ਼ਤਰ, ਇਹਦੇ ਬਾਹਰ ਇਹ ਕੰਮ ਹੋ ਰਿਹਾ, ਕਿੰਨੀ ਕੁ ਨਲਾਇਕੀ ਇਹਨਾਂ ਦੀ? ਨਲਾਇਕੀ ਤਾਂ ਸਾਰੀ ਦੁਨੀਆ ਨੂੰ ਪਤਾ, ਜਿੱਦਾਂ ਇੱਥੇ ਕੋਈ ਮਰ ਗਿਆ ਉੱਤੇ ਇਹਨਾਂ ਦੇ ਗਲ ਪਊਗਾ, ਸਾਰਾ ਕੁਛ ਹੋਊਗਾ, ਉੱਤੇ ਸਾਰਾ ਇਹਨਾਂ ਦਾ ਪਰਦਾ ਸਾਫ਼ ਹੋ ਜਾਊਗਾ। ਇਹਨਾਂ ਸਾਇਸ਼ ਤਾਂ ਪੁਕਾਰ ਰਹੇ ਇਹਨਾਂ ਨੂੰ, ਵੰਗਾਰ ਰਹੇ ਇਹਨਾਂ ਨੂੰ ਵੀ ਭਾਈ ਜਿਹੜੀਆਂ ਤਾਰਾਂ ਨੇ ਇਹਨਾਂ ਦਾ ਇੰਤਜ਼ਾਮ ਕਰੋ, ਲੋਕਾਂ ਦਾ ਜਾਨੀ ਨੁਕਸਾਨ ਨਾ ਹੋਵੇ, ਕਿਸੇ ਦਾ ਬੱਚਾ ਨਾ ਮਰ ਜਾਵੇ, ਕਿਸੇ ਦਾ। ਕਿੰਨੀਆਂ ਕੁ ਤਾਰਾਂ ਲੰਗੀਆਂ ਨੇ ਦੇਖੋ? ਇਹ ਤੁਹਾਡੇ ਸਾਹਮਣੇ ਨੇ ਸਾਰਾ ਜਮ੍ਹਾਂ ਦਿਖ ਰਿਹਾ।